ਚੌਕੀਦਾਰ ਅੱਗੇ ਲੁਟੇਰਿਆਂ ਨੇ ਵਪਾਰੀ ਦੀ ਕੀਤੀ ਲੁੱਟ, ਨਹੀਂ ਕੀਤੀ ਕੋਈ ਵੀ ਮਦਦ ਤੇ ਲੁਟੇਰੇ ਕਰ ਗਏ ਆਪਣਾ ਕੰਮ। ਦੱਸਦੇ ਕਿ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਚੌਕੀਦਾਰ ਦੇ ਸਾਹਮਣੇ ਲੁਟੇਰੇ ਬੰਦੂਕ ਦੀ ਨੋਕ ਤੇ ਇੱਕ ਕੱਪੜਾ ਵਪਾਰੀ ਨੂੰ ਲੁੱਟ ਕੇ ਲੈ ਜਾਂਦੇ ਨੇ ਤੇ ਸਾਰਾ ਤਮਾਸ਼ਾ ਚੌਕੀਦਾਰ ਵੇਖਦਾ ਰਹਿੰਦਾ ਹੈ ਤੇ ਉਸਦੀ ਕੋਈ ਵੀ ਮਦਦ ਨਹੀਂ ਕਰਦਾ। ਜਿਸ ਤੋਂ ਬਾਅਦ ਇਹ ਲੁਟੇਰੇ ਮੌਕੇ ਤੋਂ ਉਸਦੇ ਕੋਲ ਇੰਡੀਅਨ ਕਰੰਸੀ ਤੋਂ ਇਲਾਵਾ ਵਿਦੇਸ਼ੀ ਕਰੰਸੀ ਸਮੇਤ ਸੋਨੇ ਦੀਆਂ ਵਾਲੀਆਂ ਅਤੇ ਮੋਬਾਈਲ ਦੇ ਏਅਰਪੋਰਟ ਤੱਕ ਲੁੱਟ ਕੇ ਲੈ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ। ਦੱਸਦੇ ਕਿ ਮਾਮਲਾ ਫਿਲੌਰ ਦਾ, ਜਿੱਥੇ ਪੀੜਿਤ ਵਪਾਰੀ ਪਵਨ ਨੇ ਦੱਸਿਆ ਕਿ ਉਹ ਜਲੰਧਰ ਤੋਂ ਰੇਲ ਗੱਡੀ ਰਾਹੀਂ ਘਰ ਵਾਪਸ ਆਇਆ ਤੇ ਮੇਨ ਬਾਜ਼ਾਰ ਦੇ ਵਿੱਚ ਜਦ ਐਂਟਰੀ ਕਰਨ ਲੱਗਿਆ ਤਾਂ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ ਤੇ ਥੋੜ੍ਹੀ ਅੱਗੇ ਜਾ ਕੇ ਉਸਦੀ ਗਰਦਨ ਤੇ ਦਾਤ ਰੱਖ ਕੇ ਉਸ ਨਾਲ ਲੁੱਟ ਕਸੁੱਟ ਕੀਤੀ। ਉਹਨਾਂ ਵੱਲੋਂ ਪਹਿਲਾਂ ਤਾਂ ਮੋਬਾਈਲ ਫੋਨ ਖੋਹ ਲਿਆ ਗਿਆ ਤੇ ਬਾਅਦ ਦੇ ਵਿੱਚ ਵਾਪਸ ਕਰ ਦਿੱਤਾ ਗਿਆ। ਨਜ਼ਦੀਕ ਕੁਝ ਦੂਰੀ ਤੇ ਬੈਠਾ ਚੌਕੀਦਾਰ ਇਹ ਸਭ ਕੁਝ ਵੇਖ ਰਿਹਾ ਸੀ ਤੇ ਉਹ ਇੱਕ ਵੀ ਕਦਮ ਅੱਗੇ ਨਹੀਂ ਵਧਿਆ ਤੇ ਇਹ ਸਾਰੀ ਵਾਰਦਾਤ ਉੱਥੇ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਪਵਨ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਆਪਣੇ ਨਾਲ ਹੋਈ ਲੁੱਟ ਸੰਬੰਧੀ ਥਾਣਾ ਫਿਲੌਰ ਦੇ ਵਿੱਚ ਗਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ। ਇਸ ਸੰਬੰਧੀ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਲੇਟ ਨਾਈਟ ਬਾਜ਼ਾਰ ਦੇ ਵਿੱਚ ਕੀ ਕਰ ਰਹੇ ਸੀ, ਤਾਂ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੇ ਭਰੋਸੇ ਨਾ ਰਹਿਣ, ਇਸ ਦੀ ਬਜਾਏ 8 ਵਜੇ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਸੋ ਜਾਣ। ਤਾਂ ਵੱਡੀ ਵਾਰਦਾਤ ਵਾਪਰੀ ਹੈ, ਦੇਰ ਰਾਤ ਦਾ ਇਹ ਮਾਮਲਾ ਹੈ ਜਿੱਥੇ ਇੱਕ ਵਪਾਰੀ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਲੁਟੇਰਿਆਂ ਵੱਲੋਂ ਉਸ ਨੂੰ ਲੁੱਟ ਲਿਆ ਜਾਂਦਾ ਤੇ ਇਹ ਸਭ ਇੱਕ ਚੌਕੀਦਾਰ ਦੇ ਸਾਹਮਣੇ ਹੁੰਦਾ ਪਰ ਉਹ ਸਭ ਕੁਝ ਵੇਖਦਾ ਰਹਿੰਦਾ, ਉਸਦੀ ਕੋਈ ਵੀ ਮਦਦ ਨਹੀਂ ਕਰਦਾ ਤੇ ਲੁਟੇਰੇ ਆਪਣਾ ਕੰਮ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਵੈਸੇ ਤਾਂ ਮੈਂ ਫਿਲੌਰ ਮੇਰੇ ਕੱਪੜੇ ਦੀ ਦੁਕਾਨ ਹੈ ਜੀ, ਕੱਪੜੇ ਦੇ ਕੰਮ ਕਰਦੇ ਹਾਂ ਜੀ। ਜਲੰਧਰ ਮੈਂ ਫੰਕਸ਼ਨ ਸੀਗਾ ਮੇਰੇ ਕੋਲ ਜੀ, ਫੰਕਸ਼ਨ ਲੇਟ ਰਾਤੀ ਮੈਂ ਪਾਰਟੀ ਤੋਂ ਉੱਥੋਂ ਆਇਆ ਜੀ, 11:30-12 ਵਜੇ ਦੇ ਆਸ ਪਾਸ ਮੈਂ ਉਤਰਿਆ ਉੱਥੋਂ 12 ਵਜੇ ਅਤੇ 12 ਵਜੇ ਤੋਂ ਮੈਂ ਮੁਰਾਰੀ ਹਲਵਾਈ ਦੇ ਕੋਲੋਂ ਮੇਰੇ ਕੋਲ 3 ਮੁੰਡੇ ਮੇਰੇ ਨਾਲ ਐਡ ਹੋ ਗਏ। ਉਹਨਾਂ ਨੇ ਮੈਨੂੰ ਬੇਦੀ ਕੱਪੜੇ ਵਾਲੀ ਦੁਕਾਨ ਦੇ ਕੋਲ ਆ ਕੇ ਮੈਨੂੰ ਉਹਨਾਂ ਨੇ ਰਾਊਂਡਅਪ ਕਰ ਲਿਆ, ਘੇਰ ਲਿਆ ਤਿੰਨਾਂ ਨੇ, ਦਾਤ ਰੱਖ ਕੱਢ ਕੇ ਮੇਰੇ ਗਰਦਨ 'ਤੇ ਰੱਖ ਦਿੱਤਾ ਜੀ। ਡਰਦੇ ਮਾਰੇ ਦੇ ਤਾ ਸਭ ਕੁਝ ਜੀ, ਜੋ ਕੁਛ ਸੀਗਾ ਜੀ। ਕਿੰਨਾ ਕੈਸ਼ ਸੀ ਤੁਹਾਡੇ ਕੋਲ? 21,500 ਰੁਪਏ ਆਸ ਪਾਸ ਕੈਸ਼ ਮੇਰੇ ਕੋਲ। ਹਾਂਜੀ, ਹੋਰ ਕੀ ਸੀ ਵਿੱਚ ਤੁਹਾਡੇ? ਹੋਰ ਪਰਸ ਦੇ ਵਿੱਚ ਸ਼ੌਂਕੀਆ ਤੌਰ 'ਤੇ ਡਾਲਰ ਸੀਗੇ। ਕਿੰਨੇ ਸੀ ਡਾਲਰ? $150, 125-$150 ਦੇ ਆਸ ਪਾਸ ਡਾਲਰ ਸੀਗੇ ਜੀ। ਉਹ ਗਏ ਜੀ, ਕੰਚ ਸੋਨੇ ਦੀਆਂ ਵਾਲੀਆਂ ਸੀਗੀਆਂ ਜੀ, ਉਹ ਗਈਆਂ ਜੀ। ਕੰਚ ਆਪਾਂ ਏਅਰਪੋਰਟ ਲਗਾਉਂਦੇ ਹਾਂ ਜੀ, ਉਹ ਗਏ ਜੀ। ਫੋਨ ਦਾ ਚਾਰਜਰ ਸੀਗਾ ਔਰ ਜਾਣ ਵੇਲੇ ਮੋਬਾਈਲ ਵੀ ਪਹਿਲੇ ਲੈ ਗਏ ਸੀ, ਮੋਬਾਈਲ ਵਾਪਸ ਦੇ ਗਏ। ਕਿੱਥੋਂ ਆ ਰਹੇ ਸੀ? ਮੈਂ ਜਲੰਧਰ ਤੋਂ ਜੀ। ਪ੍ਰਸ਼ਾਸਨ ਨੂੰ ਇਤਲਾਹ ਕਰ ਦਿੱਤੀ ਗਈ? ਇਤਲਾਹ ਰਾਤੀ ਖਬਰ ਦਿੱਤੀ ਗਈ ਜੀ, ਰਿਪੋਰਟ ਰਿਟਰਨ ਦਿੱਤੀ ਗਈ ਜੀ, ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ, ਕੋਈ ਕਾਲ ਨਹੀਂ ਆਈ ਜੀ ਮੈਨੂੰ ਹਜੇ ਤੱਕ ਜੀ।